ਜਿਹੜਾ ਕਾਫਰਾਂ ਕੋਲੋਂ ਲਿਆ ਹੈ ਉੱਥੇ ਰਹਿ ਗਿਆ ਹੈ। ਨਬੀ ਦੇ ਬਿਸਤਰ ਤੇ ਗਲਾਜ਼ਤ ਕੀਤੀ ਹੈ, ਹਜ਼ੂਰ ਬਿਸਤਰ ਨੂੰ ਵੇਖਿਆ ਹੈ, ਸਹਾਬਾ ਅਰਜ਼ ਕਰਦੇ ਨੇ ਸੁਣਿਆ ਕਿੰਜ ਦਾ ਮਹਿਮਾਨ ਜਿਹੜਾ ਬਿਸਤਰ ਵੀ ਖਰਾਬ ਕਰ ਗਿਆ ਹੈ। ਨਬੀ ਪਾਕ ਫਰਮਾਇਆ ਸਹਾਬਾ ਚੁੱਪ ਕਰ ਜਾਵਾ, ਅੱਜ ਦੀ ਗਲਾਜ਼ਤ ਮੈਂ ਸਾਫ ਕਰਨੀ ਹੈ, ਅੱਜ ਗਲਾਜ਼ਤ ਮੈਂ ਸਾਫ ਕਰਨੀ ਹੈ। ਨਬੀ ਨੇ ਸਾਫ ਕਰਕੇ ਦੱਸਿਆ ਹੈ, ਉਹ ਜਦੋਂ ਮਾਂ ਪਿਓ ਬੁੱਢਾ ਹੋ ਜਾਏ ਮਾਵਾਂ ਦੇ ਨਾਜ ਕਿੰਦੂ ਠਾਣੇ, ਬਾਪ ਚਾਰ ਪਈ ਥੱਲੇ ਡ ਜਾਵੇ ਫਿਰ ਉਹਦੇ ਨਾਜ ਕਿੰਜੂ ਠਾਣੇ। ਅਸੀਂ ਮਾਂ ਖਾਣ ਸੀ ਕਰੇ ਅਸੀਂ ਆਨੇ ਹਾਂ, ਉਹ ਇਹਦਾ ਕਮਰਾ ਅਲੱਗ ਕਰੋ, ਬਾਪ ਖਾਂਸੀ ਕਰੇ ਅਸੀਂ ਆਨੇ ਹਾਂ ਇਹਦਾ ਕਮਰਾ ਅਲੱਗ ਕਰੋ। ਮੇਰੀ ਸਰਕਾਰ ਹੱਥ ਵਧਾਇਆ ਸਿਹਾਬਾ ਕਦਮਾਂ ਵਿੱਚ ਡਿੱਗ ਗਏ, ਅਰਜ਼ ਕਰਦੇ ਨੇ ਸੁਣਿਆ ਅਸੀਂ ਮਰ ਜਾਵਾਂਗੇ, ਇਹੋ ਹੱਥ ਨੇ ਜਿੰਦੀਆਂ ਕਸਮਾਂ ਖੁਦਾ ਚੁੱਕਦਾ ਹੈ, ਇਹਨਾਂ ਹੱਥਾਂ ਨੇ ਅਸੀਂ ਗਲਾਜ਼ਤ ਸਾਫ ਨਹੀਂ ਕਰਨ ਲਿਆ ਲੈ। ਨਬੀ ਫਰਮਾਇਆ ਸਿਹਾਬਾ ਪਿੱਛੇ ਅੱਡ ਜਾਵਾ, ਅੱਜ ਗਲਾਜ਼ਤ ਮੈਂ ਸਾਫ ਕਰਨੀ ਹੈ, ਮੇਰੀ ਸਰਕਾਰ ਬਿਸਤਰ ਸਾਫ ਕਰ ਦੇ ਹੈ। ਉਹ ਰਾਸਤੇ ਵਿੱਚ ਖੜਾ ਹੈ ਅਕਲਾਂ ਦੀ ਅੱਲਾਂ ਜੋ ਵੀ ਮਾਰਿਆ ਜਾਏਗਾ, ਇਸ਼ਕ ਬੋਲ ਕੇ ਆਉਂਦਾ ਟੁਰ ਜਾ ਨਬੀ ਦੇ ਘਰ ਦਾ ਖਾਦਾ ਏ, ਜਾ ਟੁਰ ਜਾ ਨਬੀ ਦੇ ਘਰ ਦਾ ਖਾਦਾ ਏ। ਚਲਦਿਆਂ ਚਲਦਿਆਂ ਵਾਪਸ ਆਇਆ ਕੀ ਵੇਲਾ ਏ, ਸਰਕਾਰ ਆਪਣੇ ਹੱਥਾਂ ਨਾਲ ਗਲਾਜ਼ਤ ਸਾਫ ਕਰ ਲੈ, ਬਿਸਤਰ ਸਾਫ ਕਰ ਲੈ। ਕੀ ਹੋਇਆ ਅਰਜ਼ ਕਰਦਾ ਸੋਹਣਿਆ ਮੇਰਾ ਤਵੀਜ਼ ਰਹਿ ਗਿਆ, ਪਰ ਮੈਂ ਆ ਲੈ ਤਵੀਜ਼, ਤਵੀਜ਼ ਫੜ ਜਾਏ ਉਹਨੂੰ ਸੁੱਟ ਦਿੰਦਾ ਹੈ, ਨਬੀ ਦੀਆਂ ਕਦਮਾਂ ਵਿੱਚ ਡਿੱਗ ਜਾਂਦਾ ਹੈ। ਹੁਣ ਚੁੱਪਣਾ ਸੁਣੀ ਅਰਜ਼ ਕਰਦਾ ਸੋਹਣਿਆ ਤੁਸੀਂ ਬਿਸਤਰ ਸਾਫ ਨਹੀਂ ਕਰਦੇ, ਤੁਸਾਂ ਤੇ ਮੇਰਾ ਦਿਲ ਧੋ ਦਿੱਤਾ, ਤੁਸਾਂ ਤੇ ਮੇਰਾ ਦਿਲ ਧੋ ਦਿੱਤਾ ਹੈ। ਬੋਲੋ ਸੁਭਾਨ ਅੱਲਾਹ, ਤੁਸਾਂ ਤੇ ਮੇਰਾ ਦਿਲ ਧੋ ਦਿੱਤਾ ਹੈ। ਤੇ ਉਸਨੇ ਹਜ਼ੂਰ ਦਾ ਇਖਲਾਕ ਵੇਖ ਕੇ ਕਲਮਾ ਪੜ੍ਹ ਕੇ ਹਜ਼ੂਰ ਦਾ ਸਿਹਾਬੀ ਬਣ ਜਾਂਦਾ, ਹਜ਼ੂਰ ਦਾ ਸਿਹਾਬੀ ਬਣ ਜਾਂਦਾ। ਜੰਗ ਹੋ ਰਹੀ ਹੈ ਤੇ ਇੱਕ ਜ਼ਾਲਮ ਹਜ਼ੂਰ ਨੂੰ ਪੱਥਰ ਮਾਰ ਕੇ ਸੱਜੇ ਹੁੰਦਾ ਹੈ, ਛੁਪਦਾ ਕਦੀ ਖੱਬੇ ਹੋ ਕੇ ਛੁਪਦਾ ਹੈ, ਤੇ ਹਜ਼ੂਰ ਪਾਕ ਫਰਮਾਉਂਦੇ ਨੇ ਉਹ ਛੁਪਣ ਵਾਲਿਆ ਮੇਰਾ ਨਬੀ ਤੇ ਜਿਹੜੇ ਆਪ ਨੂੰ ਪੱਥਰ ਮਾਰਦੇ ਸਨ, ਆਪ ਨਾਲ ਸਭੋ ਸ਼ਤਮ ਕਰਦੇ ਸਨ, ਮੇਰਾ ਨਬੀ ਤੇ ਉਹਨਾਂ ਨੂੰ ਦੁਆਵਾਂ ਦਿੰਦਾ ਸੀ ਤੇ ਛੁਪਦਾ। ਹਜ਼ੂਰ ਨੇ ਫਰਮਾਇਆ ਪੱਥਰ ਮਾਰਨ ਵਾਲਿਆ ਛੁਪਦਾ ਕਿਉਂ, ਛੁਪਦਾ ਕਿਉਂ ਹੈ? ਮੇਰੀ ਸਰਕਾਰ ਨੇ ਤਾਂ ਸਾਰਿਆਂ ਨੂੰ ਮਾਫ਼ ਕੀਤਾ, ਜਿਸ ਨੇ ਹਜ਼ੂਰ ਪਾਕ ਨੂੰ ਤੰਗ ਕੀਤਾ ਮੇਰੀ ਸਰਕਾਰ ਨੇ ਉਹਨਾਂ ਨੂੰ ਵੀ ਮਾਫ਼ ਕੀਤਾ। ਤੇ ਅੱਜ ਸਾਡੇ ਤੋਂ ਥੋੜੀ ਜਿਹੀ ਲਰਜ਼ਿਸ਼ ਹੋ ਜਾਏ, ਗਲਤੀ ਹੋ ਜਾਏ, ਅਸੀਂ ਬਸ ਥੋੜਾ ਜਿਹਾ ਐਬ ਆ ਜਾਏ, ਅਸੀਂ ਉਹਨੂੰ ਅੰਦਰ ਰੱਖ ਕੇ ਤੇ ਆਪਣੇ ਘਰਾਂ ਦੇ ਘਰ ਤੋਂ ਤਬਾਹ ਕਰ ਰਹੇ ਨੇ, ਦੂਰ ਹੋ ਗਏ ਆ, ਤੇ ਮੇਰਾ ਦੋਸਤ ਉਸ ਦੂਰੀ ਦਾ ਫਾਇਦਾ ਨਹੀਂ। ਆ ਇਸਲਾਮ ਦੇ ਦਾਇਰੇ ਚ ਆ ਕੇ ਇਖਲਾਕ ਠੀਕ ਕਰ ਲੈ, ਜੇ ਦੁਨੀਆ ਤੇਰੇ ਕਦਮ ਨਾ ਚੁੰਮੇ ਤੇ ਮੈਨੂੰ ਹਜ਼ੂਰ ਦਾ ਗੁਲਾਮ, ਹਜ਼ੂਰ ਦਾ ਗੁਲਾਮ ਨਾ ਸਮਝੀ। ਇਸ ਵਾਸਤੇ ਅੱਜ ਤੇਰੇ ਕੋਲ ਮੌਕਾ ਆਪਣਾ ਇਖਲਾਕ ਠੀਕ ਕਰ, ਆਪਣਾ ਕਿਰਦਾਰ ਠੀਕ ਕਰ। ਇਸ ਟਾਈਮ ਤੇਰਾ ਕਿਰਦਾਰ ਠੀਕ ਨਹੀਂ ਹੋਵੇਗਾ, ਤੇਰੀ ਜ਼ਬਾਨ ਠੀਕ ਨਹੀਂ ਹੋਵੇਗੀ, ਤੇਰੀ ਜ਼ਬਾਨ ਸਖਤੀ ਹੈ, ਤੈਨੂੰ ਨਰਮੀ ਵਿੱਚ ਲਿਆ, ਅਗਰ ਤੇਰੇ ਕੋਲ ਤਕੱਬਰ ਹੈ ਤੈਨੂੰ ਆਜ਼ੀ ਵਿੱਚ ਲੈ ਕੇ ਆ, ਅਗਰ ਤੇਰੀ ਜ਼ਬਾਨ ਠੀਕ ਨਹੀਂ, ਤੇਰਾ ਲਹਿਜਾ ਠੀਕ ਨਹੀਂ, ਆ ਅਗਰ ਬੋਲ ਨਹੀਂ ਤੇ ਅੱਛੇ ਇਖਲਾਕ ਨਾਲ ਬੋਲ, ਅਗਰ ਪੇਸ਼ ਹੋਣੀ ਤੇ ਅੱਛੇ ਇਖਲਾਕ ਨਾਲ ਪੇਸ਼ ਆ। ਇੱਕ ਸੱਜੇ ਪੱਥਰ ਮਾਰ ਕੇ ਸੱਜੇ ਛੁਪਦਾ, ਮੇਰੇ ਨਬੀ ਫਰਮਾਉਂਦੇ ਨੇ ਉਹ ਛੁਪਣ ਵਾਲਿਆ। ਉੱਚੀ ਬੋਲੋ ਸੁਭਾਨ ਅੱਲਾਹ। ਉਹ ਪੱਥਰ ਮਾਰ ਕਦੀ ਸੱਜੀ ਉਂਗਲਾ ਕਦੀ ਖੱਬੇ ਉਂਗਲਾ, ਨਬੀ ਨੇ ਫਰਮਾਇਆ ਮੇਰੇ ਕੋਲ ਆਓ, ਪੱਥਰ ਮਾਰਨ ਵਾਲਿਆ ਯਾਰਾ
सुभान अल्लाह टाइम हो गया मैं इथे बैंड अप करन लगा वा मिलके कह लो पत्थर मारन वाले आया ओ तू सिद्धि जन्नत में जावा इन्नका लवला खुलूक अजीज अल्लाह अमल की तौफीक अता फरमा वमा अलैना।